सूल सुराई खंजर प्याला बिंग कसायां दा सेना मित्र प्यारे प्यारे नो हाल मुरी तादकेना हाल मुरी तादकेना मित्र प्यारे नो हाल मुरी तादकेना रोक रजाया ताटना नाक निवास दे रहना नाक निवास दे रहना नाक निवास दे रहना सूल सुराई खंजर प्याला सूल सुराई खंजर प्याला बिंग कसाया दा सेना बिंग कसाया दा सेना मित्र प्यारे नो हाल मुरी तादकेना मित्र प्यारे नो हाल मुरी तादकेना यार डे तासान सत्थर चंगा यार डे तासान सत्थर चंगा पट खिड़ियां दा रेना
ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖਿੜਿਆਂ ਦਾ ਰਹਿਣਾ ਪਿਆਰੇ ਮਾਰਗ ਪੈਰ ਦਰੀਚੇ
ਕਾਨ ਕੀ ਜੈ, ਸਿਰ ਦੀ ਜੈ, ਕਾਨ ਕੀ ਜੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ
ਬਾਬਾ ਮੋਤੀ ਰਾਮ ਮਹਿਰਾ ਜੀ ਜੋ ਹਿੰਦੂ ਕੈਦੀਆਂ ਨੂੰ ਭੋਜਨ ਸ਼ਿਕਾਇਆ ਕਰਦੇ ਸਨ, ਉਹਨਾਂ ਦੀ ਡਿਊਟੀ ਲਾਈ ਸੀ ਸੂਬਾ ਸਰਹੰਦ ਨੇ। ਅੱਜ ਦਰੋਗੇ ਨੇ ਆਵਾਜ਼ ਦਿੱਤੀ ਹੈ ਬਈ ਕੁਝ ਕੈਦੀ ਠੰਡੇ ਬੁਰਜ ਵਿੱਚ ਹਨ, ਉਹਨਾਂ ਨੂੰ ਜਾ ਕੇ ਪੁੱਛ ਲਓ ਜਦੋਂ ਬਾਬਾ ਮੋਤੀ ਰਾਮ ਮਹਿਰਾ ਜੀ ਗਏ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਵਾਜ਼ ਦਿੱਤੀ ਹੈ, ਆਖਿਆ ਜੀ ਭੋਜਨ ਲੈ ਲਓ। ਮਾਤਾ ਗੁਜਰ ਕੌਰ ਜੀ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਅਸੀਂ ਦੁਸ਼ਟ ਦੇ ਘਰ ਦਾ ਖਾਣਾ ਨਹੀਂ ਖਾਣਾ, ਸਾਨੂੰ ਨਹੀਂ ਚਾਹੀਦਾ ਕੁਛ। ਇਹ ਸੂਬਾ ਸਰਹੰਦ ਜੋ ਹੈ, ਬਾਬਾ ਮੋਤੀ ਰਾਮ ਮਹਿਰਾ ਜੀ ਘਰ ਗਏ, ਆਪਣੀ ਘਰਵਾਲੀ ਨੂੰ ਜਾ ਕੇ ਦੱਸਿਆ ਕਿ ਗੁਰੂ ਦੇ ਲਾਲ ਛੋਟੇ ਛੋਟੇ ਸੂਬਾ ਸਰਹੰਦ ਨੇ ਇੰਨੀ ਬੜੀ ਸਜ਼ਾ ਦਿੱਤੀ ਹੈ, ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ, ਠੰਡੀ ਹਵਾ ਚੱਲ ਰਹੀ ਹੈ, ਥੱਲੋਂ ਦੀ ਜ਼ੋਰ ਦੀ ਪਾਣੀ ਦੇ ਝਰਨੇ ਚੱਲਦੇ ਹਨ, ਵਿਚਾਰੇ ਠੰਡ ਵਿੱਚ ਬੈਠੇ ਹਨ, ਨਾਲ ਉਹਨਾਂ ਦੀ ਦਾਦੀ ਜੀ ਹਨ। ਮੇਰਾ ਜੀ ਕਰਦਾ ਮੈਂ ਦੁੱਧ ਛਕਾਵਾਂ ਜਾ ਕੇ ਉਹਨਾਂ ਨੂੰ, ਤੇ ਮਾਂ ਕਹਿਣ ਲੱਗੀ ਬਾਬਾ ਮੋਤੀ ਰਾਮ ਦੀ ਤੂੰ ਜਾਣਦੇ ਨਾ ਸੂਬਾ ਸਰਹੰਦ, ਉਹਨੇ ਕੱਖ ਨਹੀਂ ਰਹਿਣ ਦੇਣਾ, ਤੇਰੀ ਨੌਕਰੀ ਵੀ ਚਲੀ ਜਾਣੀ, ਜਿਹੜੇ ਦੋ ਪੈਸੇ ਘਰ ਵਿੱਚ ਆਉਂਦੇ ਹਨ ਉਹ ਵੀ ਨਹੀਂ ਆਉਣਗੇ, ਫਿਰ ਤਾਂ ਭੁੱਖੇ ਮਰਨ ਦੀ ਨੌਬਤ ਆ ਜਾਣੀ। ਘਰ ਵਾਲੀ ਬੜੀ ਗੁਰਮੁਖ ਸੀ ਬਾਬਾ ਮੋਤੀ ਰਾਮ ਜੀ ਦੀ, ਘਰ ਵਾਲੀ ਕਹਿਣ ਲੱਗੀ ਤੁਸਾਂ ਚੁੱਪ ਚਾਪ ਦੁੱਧ ਗਰਮ ਕਰਕੇ ਵਿੱਚ ਚੁਹਾਰੇ ਪਾ ਕੇ ਉਹਨਾਂ ਸਾਹਿਬਜ਼ਾਦਿਆਂ ਨੂੰ ਜਾ ਕੇ ਜ਼ਰੂਰ ਛਕਾਓ, ਤੁਸੀਂ ਇਹੋ ਜਿਹਾ ਮੌਕਾ ਵਾਰ ਵਾਰ ਨਹੀਂ ਮਿਲਣਾ, ਐਸੇ ਗੁਰੂ ਦੇ ਲਾਲ ਹਨ। ਬਾਬਾ ਮੋਤੀ ਰਾਮ ਜੀ ਗਏ ਤੇ ਘਰਵਾਲੀ ਨੇ ਕਿਹਾ ਖਾਲੀ ਨਾ ਜਾਇਓ, ਨਾਲ ਕੁਛ ਗਹਿਣਾ ਲਿਜਾਇਓ, ਕਿਉਂਕਿ ਦਰੋਗੇ ਨੇ ਅੰਦਰ ਨਹੀਂ ਜਾਣ ਦੇਣਾ। ਜਦੋਂ ਥੋੜਾ ਜਿਹਾ ਗਹਿਣਾ ਨਾਲ ਲੈ ਕੇ ਗਏ ਬਈ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣਾ, ਜਦੋਂ ਗਹਿਣੇ ਦਿੱਤੇ ਤਾਂ ਉਹਨੇ ਅੰਦਰ ਜਾਣ ਦਿੱਤਾ, ਤਾਂ ਜਾ ਕੇ ਆਵਾਜ਼ ਦਿੱਤੀ ਮਾਂ ਜੀ ਬਈ ਤੈਨੂੰ ਮਨਾ ਕੀਤਾ ਅਸੀਂ ਨਹੀਂ ਛਕਣਾ। ਮਾਂ ਜੀ ਤੁਸਾਂ ਪਛਾਣਿਆ ਨਹੀਂ, ਮੇਰੇ ਸ਼ੁਰੂ ਤੋਂ ਵੱਡੇ ਵਡੇਰੇ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸੇਵਕ ਚੱਲਦੇ ਆਏ ਹਨ। ਇਹ ਸਾਡੀ ਰੀਤ ਚੱਲੀ ਆਈ ਹੈ ਕਿ ਗੁਰੂ ਨਾਨਕ ਦੇ ਘਰ ਦੇ ਸੇਵਕ ਹਾਂ ਅਸੀਂ, ਨੌਕਰੀ ਸਰਕਾਰ ਦੀ ਕਰਦੇ ਹਾਂ ਅਸੀਂ, ਮੈਂ ਦੁੱਧ ਲਿਆਇਆ ਹਾਂ, ਛਕੋ ਨਾ ਤੁਸੀਂ, ਬੱਚਿਆਂ ਨੂੰ ਛਕਾਓ, ਇਹ ਸਾਹਿਬਜ਼ਾਦਿਆਂ
ਇਤਿਹਾਸ ਵਿੱਚ ਲਿਖਿਆ ਹੈ ਕਿ 3 ਦਿਨ ਲਗਾਤਾਰ ਬਾਬਾ ਮੋਤੀ ਰਾਮ ਜੀ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਂਦੇ ਰਹੇ ਤੇ ਜਦੋਂ ਸੂਬਾ ਸਰਹੰਦ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਬਈ ਇਹ ਚੋਰੀ ਛਿਪੇ ਜਾ ਕੇ ਦੁੱਧ ਪਿਆਉਂਦਾ ਰਿਹਾ, ਨੌਕਰੀ ਮੇਰੇ ਦਰਬਾਰ ਦੀ ਕਰਦਾ ਸੀ ਤੇ ਦੁੱਧ ਗੁਰੂ ਦੇ ਲਾਲਾ ਨੂੰ ਪਿਆਇਆ। ਇਸ ਕਿਸੇ ਲਿਖਾਰੀ ਨੇ ਲਿਖਿਆ, ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾ ਤਾਈ ਦੁੱਧ ਪਿਆਇਆ। ਧਨ ਮੋਤੀ ਰਾਮ, ਬਾਬਾ ਮੋਤੀ ਰਾਮ ਕਰਕੇ ਯਾਦ ਕਰਦੇ। ਜਦੋਂ ਸੂਬਾ ਸਰਹੰਦ ਨੂੰ ਇਹ ਪਤਾ ਚੱਲਿਆ ਵੀ ਦੁੱਧ ਪਿਆਉਂਦਾ ਰਿਹਾ ਹੈ, ਉਸਨੇ ਇੰਨੀ ਵੱਡੀ ਸਜ਼ਾ ਸੁਣਾਈ, ਇਸਦੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ, ਹੱਥ ਕੜੀਆਂ ਲਾ ਲਈਆਂ ਤੇ ਬੰਦੀ ਬਣਾ ਕੇ ਕਹਿ ਦਿੱਤਾ ਵੀ ਇਸ ਤਰ੍ਹਾਂ ਕਰੋ, ਹੁਣ ਇਹਨੂੰ ਕੀ ਸਜ਼ਾ ਕਿ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਏ। ਉਚਾਰਨ ਕਰੋ ਸ੍ਰੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ, ਜਿਉਂਦਿਆਂ ਨੂੰ ਕੋਲੂ ਵਿੱਚ ਪੀੜਿਆ ਗਿਆ। ਇਤਨੀ ਵੱਡੀ ਸੇਵਾ ਨਿਭਾਈ ਬਾਬਾ ਮੋਤੀ ਰਾਮ ਜੀ ਨੇ, ਅੱਜ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ। ਬਾਈ ਟੋਡਰ ਮੱਲ ਜੀ, ਜਿਨ੍ਹਾਂ ਨੇ ਮੋਹਰਾਂ ਪਛਾਈਆਂ ਤਾਂ ਜਗ੍ਹਾ ਲਈ, ਸੂਬੇ ਨੇ ਕਿਹਾ ਨਹੀਂ ਪਛਾ ਕੇ ਨਹੀਂ ਖੜਾ ਖੜੀਆਂ ਕਰਕੇ, ਜਿੰਨੀਆਂ ਮੋਹਰਾਂ ਖੜੀਆਂ ਕਰਕੇ ਉਨੀ ਥਾਂ ਦਿਆਂਗਾ ਤੁਹਾਨੂੰ ਇਹਨਾਂ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਲਈ। ਪਿਆਰੀ ਸਾਧ ਸੰਗਤ ਜੀ, ਇੰਨੀ ਸੇਵਾ ਕਿਵੇਂ ਭਾਈ ਟੋਡਰ ਮੱਲ ਨੇ ਨਿਭਾਈ, ਬਾਬਾ ਮੋਤੀ ਰਾਮ ਜੀ ਨੇ ਦੁੱਧ ਦੀ ਸੇਵਾ ਨਿਭਾਈ। ਤੇ ਆਓ, ਸਮਾਂ ਸਮਾਪਤ ਹੈ। ਸ੍ਰੀਮਾਨ ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ, ਅੱਜ ਪੂਰੇ ਵਰਲਡ ਸੰਸਾਰ ਵਿੱਚ ਜਿੱਥੇ ਵੀ ਬਾਬਾ ਜੀ ਜਾਂਦੇ ਹਨ ਬਈ, ਗੁਰੂ ਦੇ ਚਰਨਾਂ ਨਾਲ ਸਾਨੂੰ ਜੋੜਦੇ ਹਨ, ਗੁਰੂ ਦੇ ਇਤਿਹਾਸ ਨਾਲ ਜੋੜਦੇ ਹਨ ਬਈ। ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋ। ਧੰਨ ਮਾਤਾ ਗੁਜਰ ਕੌਰ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਉਹਨਾਂ ਦੇ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਦਾ ਇਤਿਹਾਸ ਪੜ੍ਹੋ। ਬਾਬਾ ਜੀ ਨੇ ਸਮੇਤ ਜਗ ਰੰਮ ਕੀਤਾ ਹੋਇਆ, ਕਈ ਦਿਨਾਂ ਤੋਂ ਪ੍ਰਵਾਹ ਚੱਲ ਰਹੇ ਹਨ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮਰੀਆ, ਸਿਰ ਤਰ ਤਲੀ ਗਲੀ ਮਰੀਆ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮਰੀਆ, ਸਿਰ ਤਰ ਤਲੀ ਕਾਨ ਨਾ ਕੀਜੈ, ਇਤ ਮਾਰਕ ਪੈਰ ਤੇਰੀ ਜੈ, ਸਿਰਦੀ ਚ ਕਾਨ ਨਾ ਕੀਜੈ। ਜੋ ਤੂੰ ਪ੍ਰੇਮ ਖਿਲਣ ਕਾ ਚਾਓ, ਸਿਰ ਤਰ
ਤਲੀ ਗਲੀ ਮਰੀਆ, ਸਿਰ ਤਰ ਤਲੀ ਗਲੀ ਮਰੀਆ, ਸਿਰ ਤਰ ਤਲੀ ਗਲੀ ਮਰੀਆ। ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਜਥੇ ਨੂੰ ਅਸੀਸ ਬਖਸ਼ੋ, ਸਾਰੀ ਸੰਗਤ ਦੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।